ਕਿਹਾ ਜਾਂਦਾ ਹੈ ਕਿ ਦੁਨੀਆ ਵਿੱਚ ਜੇਕਰ ਸਭ ਤੋਂ ਔਖਾ ਕੋਈ ਕੰਮ ਹੈ ਤਾਂ ਉਹ ਹੈ ਕਿਸੇ ਨੂੰ ਹਸਾਉਣਾ, ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣਾ। ਪਰ ਅੱਜ ਦੇ ਦੌਰ ਵਿੱਚ ਕਈ ਕਾਮੇਡੀਅਨ ਇਹ ਕੰਮ ਕਰ ਰਹੇ ਹਨ ਜੋ ਆਪਣੇ ਸ਼ੋਜ਼ ਰਾਹੀਂ ਲੋਕਾਂ ਨੂੰ ਹਸਾ ਰਹੇ ਹਨ। ਪਰ ਹੱਸਣ ਦੀ ਗੱਲ ਕਰੀਏ ਤਾਂ ਮਸ਼ਹੂਰ ਕਾਮੇਡੀਅਨ ਜਸਪਾਲ ਭੱਟੀ ਸਾਹਿਬ ਦਾ ਜ਼ਿਕਰ ਨਾ ਹੋਵੇ ਅਜਿਹਾ ਨਹੀਂ ਹੋ ਸਕਦਾ। ਸਤਿ ਸ਼੍ਰੀ ਅਕਾਲ, ਮੈਂ ਤਰਨਜੀਤ ਕੌਰ ਅਜੀਤ ਵੈਬ ਟੀ ਵੀ 'ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਦੇ ਹੀਰੇ। ਜਸਪਾਲ ਭੱਟੀ ਹਿੰਦੀ ਸਿਨੇਮਾ ਦੇ ਪ੍ਰਸਿੱਧ ਭਾਰਤੀ ਕਾਮੇਡੀਅਨ, ਅਦਾਕਾਰ ਅਤੇ ਵਿਅੰਗਕਾਰ ਸਨ। ਟੈਲੀਵਿਜ਼ਨ ਦੀ ਦੁਨੀਆ ਵਿੱਚ ਖੂਬ ਨਾਮਨਾ ਖੱਟਣ ਵਾਲੇ ਜਸਪਾਲ ਭੱਟੀ ਆਮ ਆਦਮੀ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਵਿਅੰਗਮਈ ਵਿਚਾਰ ਪ੍ਰਗਟ ਕਰਨ ਲਈ ਸਭ ਤੋਂ ਮਸ਼ਹੂਰ ਸਨ। ਜਸਪਾਲ ਭੱਟੀ ਨੇ ਟੈਲੀਵਿਜ਼ਨ ਲੜੀ ਫਲੋਪ ਸ਼ੋਅ ਅਤੇ ਮਿੰਨੀ ਸੀਰੀਜ਼ ਉਲਟਾ ਪੁਲਟਾ ਦੁਆਰਾ ਪ੍ਰਸਿੱਧੀ ਪ੍ਰਾਪਤ ਕੀਤੀ, ਜੋ ਕਿ 80 ਦੇ ਦਹਾਕੇ ਦੇ ਅਖੀਰ ਅਤੇ 90 ਦੇ ਦਹਾਕੇ ਦੇ ਸ਼ੁਰੂ ਵਿੱਚ ਦੂਰਦਰਸ਼ਨ 'ਤੇ ਪ੍ਰਸਾਰਿਤ ਕੀਤੀਆਂ ਗਈਆਂ। ਜਸਪਾਲ ਭੱਟੀ ਦਾ ਜਨਮ 3 ਮਾਰਚ 1955 ਨੂੰ ਅੰਮ੍ਰਿਤਸਰ ਵਿੱਚ ਹੋਇਆ। ਜਸਪਾਲ ਭੱਟੀ ਨੇ ਪੰਜਾਬ ਸੂਬੇ ਦੇ ਚੰਡੀਗੜ੍ਹ ਸ਼ਹਿਰ ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰੀਕਲ ਇੰਜੀਨੀਅਰ ਦੀ ਡਿਗਰੀ ਪ੍ਰਾਪਤ ਕੀਤੀ। ਆਪਣੇ ਕਾਲਜ ਦੇ ਦਿਨਾਂ ਦੌਰਾਨ ਉਹਨਾਂ ਨੌਨਸੈਂਸ ਕਲੱਬ ਵਰਗੇ ਨੁੱਕੜ ਨਾਟਕਾਂ ਵਿੱਚ ਕੰਮ ਕੀਤਾ, ਜਿਸ ਨਾਲ ਉਹਨਾਂ ਨੂੰ ਬਹੁਤ ਪ੍ਰਸਿੱਧੀ ਮਿਲੀ। ਇਹ ਨਾਟਕ ਲੁੱਟ ਖਸੁੱਟ ਅਤੇ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਮਜ਼ਾਕ ਉਡਾਉਂਦੇ ਸਨ। ਸਾਲ 1985 ਵਿੱਚ ਜਸਪਾਲ ਭੱਟੀ ਦਾ ਵਿਆਹ ਸਵਿਤਾ ਨਾਲ ਹੋਇਆ। ਉਹਨਾਂ ਦੇ 2 ਬੱਚੇ ਹਨ, 1 ਪੁੱਤਰ ਜਸਰਾਜ ਅਤੇ 1 ਬੇਟੀ ਰਾਬੀਆ। ਟੈਲੀਵਿਜ਼ਨ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਜਸਪਾਲ ਭੱਟੀ ਚੰਡੀਗੜ੍ਹ ਵਿੱਚ ਇੱਕ ਅਖ਼ਬਾਰ ਲਈ ਕਾਰਟੂਨਿਸਟ ਵਜੋਂ ਕੰਮ ਕਰਦੇ ਸਨ। ਸਾਲ 1990 ਵਿੱਚ ਜਸਪਾਲ ਭੱਟੀ ਨੇ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਲਈ ਹੋਮਮੇਡ ਕਾਮੇਡੀ ਦੀ ਸਥਾਪਨਾ ਕੀਤੀ ਅਤੇ ਇਸਦੇ ਲਈ ਉਹ ਹਿੰਦੀ TV ਚੈਨਲ 'ਤੇ ਆਪਣੇ ਕਾਮੇਡੀ ਪ੍ਰਦਰਸ਼ਨ ਲਈ ਮਸ਼ਹੂਰ ਹੋਏ। ਉਹਨਾਂ ਦਾ ਘੱਟ ਬਜਟ ਵਾਲਾ TV ਸ਼ੋਅ ਫਲੋਪ ਸ਼ੋਅ 90 ਦੇ ਦਹਾਕੇ ਦੇ ਸ਼ੁਰੂ ਵਿੱਚ ਬਹੁਤ ਹਿੱਟ ਰਿਹਾ, ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਹ ਪ੍ਰਸਿੱਧ ਫਲੋਪ ਸ਼ੋਅ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਦੁਆਰਾ ਤਿਆਰ ਕੀਤਾ ਗਿਆ ਅਤੇ ਉਹਨਾਂ ਨੇ ਇਸ ਦੇ ਸਾਰੇ ਐਪੀਸੋਡਾਂ ਵਿੱਚ ਪਤਨੀ ਵਜੋਂ ਮੁੱਖ ਭੂਮਿਕਾ ਨਿਭਾਈ ਸੀ। ਸ਼ੋਅ ਦੇ ਸਿਰਫ 10 ਐਪੀਸੋਡ ਹੀ ਪ੍ਰਸਾਰਿਤ ਕੀਤੇ ਗਏ ਸਨ, ਫਿਰ ਵੀ ਸ਼ੋਅ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ ਅਤੇ ਅੱਜ ਵੀ ਯਾਦ ਕੀਤਾ ਜਾਂਦਾ ਹੈ। ਜਸਪਾਲ ਭੱਟੀ ਨੇ ਫਿਰ ਦੂਰਦਰਸ਼ਨ ਟੈਲੀਵਿਜ਼ਨ ਨੈੱਟਵਰਕ ਲਈ ਪ੍ਰਸਿੱਧ TV ਲੜੀਵਾਰ ਉਲਟਾ ਪੁਲਟਾ ਅਤੇ ਨੌਨਸੈਂਸ ਪ੍ਰਾਈਵੇਟ ਲਿਮਿਟਡ ਵਿੱਚ ਅਦਾਕਾਰੀ ਅਤੇ ਨਿਰਦੇਸ਼ਨ ਕੀਤਾ। ਕਾਮੇਡੀ ਨੂੰ ਪੇਸ਼ ਕਰਨ ਅਤੇ ਭਾਰਤ ਵਿੱਚ ਮੱਧ ਵਰਗ ਸਮਾਜ ਦੇ ਰੋਜ਼ਾਨਾ ਮੁੱਦਿਆਂ 'ਤੇ ਜ਼ੋਰ ਦੇਣ ਦੇ ਇਸ ਕਾਰਜ ਨੇ ਦਰਸ਼ਕਾਂ ਨੂੰ ਆਪਣੇ ਸ਼ੋਅ ਵੱਲ ਆਕਰਸ਼ਿਤ ਕੀਤਾ। ਸਾਲ 1999 ਵਿੱਚ ਜਸਪਾਲ ਭੱਟੀ ਦੁਆਰਾ ਨਿਰਦੇਸ਼ਿਤ ਪੰਜਾਬੀ ਭਾਸ਼ਾ ਦੀ ਫਿਲਮ ਮਾਹੌਲ ਠੀਕ ਹੈ ਨਿਰੋਲ ਇੱਕ ਡਰਾਮਾ ਆਧਾਰਿਤ ਫਿਲਮ ਸੀ, ਜੋ ਪੰਜਾਬ ਪੁਲਿਸ 'ਤੇ ਵਿਅੰਗ ਸੀ। ਇਹ ਉਹਨਾਂ ਦੀ ਬਤੌਰ ਨਿਰਦੇਸ਼ਕ ਸ਼ੁਰੂਆਤ ਸੀ। TV ਸੀਰੀਅਲਾਂ ਤੋਂ ਇਲਾਵਾ ਜਸਪਾਲ ਭੱਟੀ ਨੇ ਹਿੰਦੀ ਫਿਲਮਾਂ ਵਿੱਚ ਵੀ ਆਪਣੇ ਕਮਾਲ ਦਿਖਾਏ। ਕੁਛ ਨਾ ਕਹੋ, ਕੋਈ ਮੇਰੇ ਦਿਲ 'ਸੇ ਪੂਛੇ, ਫਨਾ ਕੁਛ ਮੀਠਾ ਹੋ ਜਾਏ, ਹਮਾਰਾ ਦਿਲ ਆਪਕੇ ਪਾਸ ਹੈ, ਆ ਅਬ ਲੌਟ ਚਲੇ ਵਰਗੀਆਂ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਹੁਨਰ ਨੂੰ ਫੈਲਾਇਆ ਅਤੇ ਲੋਕਾਂ ਨੂੰ ਆਪਣੇ ਹੁਨਰ ਵੀ ਦਿਖਾਏ। ਜਸਪਾਲ ਭੱਟੀ ਕਈ ਹੋਰ ਟੈਲੀਵਿਜ਼ਨ ਪ੍ਰੋਗਰਾਮਾਂ ਜਿਵੇਂ ਕਿ ਕਾਮੇਡੀ ਕਾ ਕਿੰਗ ਕੌਨ ਵਿੱਚ ਵੀ ਨਜ਼ਰ ਆਏ, ਜਿਸ ਵਿੱਚ ਉਹ ਜੱਜ ਬਣੇ ਸਨ। ਡਾਂਸ ਸ਼ੋਅ ਨੱਚ ਬਲੀਏ, ਜਿਸ ਵਿੱਚ ਜਸਪਾਲ ਭੱਟੀ ਅਤੇ ਉਹਨਾਂ ਦੀ ਪਤਨੀ ਸਵਿਤਾ ਭੱਟੀ ਨੇ ਆਪਣੇ ਡਾਂਸ ਅਤੇ ਕਾਮੇਡੀ ਹੁਨਰ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਜਸਪਾਲ ਭੱਟੀ ਨੇ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕਾਮੇਡੀਅਨ ਵਜੋਂ ਕਈ ਭੂਮਿਕਾਵਾਂ ਨਿਭਾਈਆਂ। ਕੁਝ ਸਾਲਾਂ ਬਾਅਦ ਉਹਨਾਂ ਨੇ ਮੋਹਾਲੀ ਵਿੱਚ ਇੱਕ ਸਿਖਲਾਈ ਸਕੂਲ ਅਤੇ ਇੱਕ ਸਟੂਡੀਓ ਜੋਕ ਫੈਕਟਰੀ ਦੀ ਸਥਾਪਨਾ ਕੀਤੀ। ਉਹਨਾਂ ਨੇ 52 ਐਪੀਸੋਡ ਵਾਲੇ ਕਾਮੇਡੀ ਸ਼ੋਅ ਥੈਂਕ ਯੂ ਜੀਜਾ ਜੀ ਦੀ ਸ਼ੁਰੂਆਤ ਕੀਤੀ, ਜਿਸ ਦੀ ਸ਼ੂਟਿੰਗ ਚੰਡੀਗੜ੍ਹ ਦੇ ਉਹਨਾਂ ਦੇ ਆਪਣੇ ਮੈਡ ਆਰਟਸ ਫਿਲਮ ਸਕੂਲ ਵਿੱਚ ਕੀਤੀ ਗਈ ਸੀ। ਸਾਲ 2009 ਵਿੱਚ ਇਸ ਮੈਡ ਆਰਟਸ ਸਕੂਲ ਨੇ ਕੰਨਿਆ ਭਰੂਣ ਹੱਤਿਆ 'ਤੇ ਆਧਾਰਿਤ ਇੱਕ ਐਨੀਮੇਸ਼ਨ ਫਿਲਮ ਬਣਾਈ, ਜਿਸ ਨੂੰ ਵਨ ਟੇਕ ਮੀਡੀਆ ਦੁਆਰਾ ਆਯੋਜਿਤ ਐਡਵਾਂਟੇਜ ਇੰਡੀਆ ਵਿੱਚ 2 ਇਨਾਮ ਦਿੱਤਾ ਗਿਆ। ਇਸ ਨੇ ਮੁੰਬਈ ਵਿੱਚ IDPA 2008 ਅਵਾਰਡਾਂ ਵਿੱਚ ਸਰਵੋਤਮਤਾ ਦਾ ਸਰਟੀਫਿਕੇਟ ਵੀ ਜਿੱਤਿਆ। ਜਸਪਾਲ ਭੱਟੀ ਨੂੰ ਗੋਲਡਨ ਕੇਲਾ ਅਵਾਰਡਾਂ ਵਿੱਚ ਪਹਿਲੇ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਕਲਾ ਵਿੱਚ ਉਹਨਾਂ ਦੇ ਯੋਗਦਾਨ ਲਈ ਮਰਨ ਉਪਰੰਤ ਗਣਤੰਤਰ ਦਿਵਸ 2013 'ਤੇ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਭੱਟੀ ਸਾਹਿਬ ਦੀ ਕਲਾ ਬਾਰੇ ਮੀਡੀਆ ਆਲੋਚਕਾਂ ਦਾ ਵੀ ਇਹ ਮੰਨਣਾ ਸੀ ਕਿ ਉਹਨਾਂ ਕੋਲ TV ਲਈ ਸਹੀ ਸ਼ੈਲੀ ਹੈ।
एक छोटा जिहा शांत हासरस जो बिना रौले रपे दे अंदर डुब जाता है अते जो साड़ी रोजाना जीवन विचले भ्रिष्टाचार नू बेरहमी नाल बेनकाब करता है। समाज के कौड़े सच नू पट्टी दे निपुण संचालन द्वारा मजाकिया बना दिता जाता है। यही असल व्यंग है। जसपाल पट्टी का 25 अक्तूबर 2012 नू एक कार हादसे विच देहांत हो गया। उन्हां दी कार नकोदर इलाके विच शाहकोट नेड़े सड़क किनारे दरखत नाल जा टकराई जिस कारण उन्हां दी मौत हो गई। जसपाल पट्टी अपनी फिल्म पावर कट दी प्रमोशन लई अपने बेटे जसराज पट्टी अते अभिनेत्री सुरीली गौतम नाल ड्राइविंग करदे हुए बठिंडा तो जलंधर जा रहे सन। जसपाल पट्टी नू जलंधर दे निजी हस्पताल ले जाया गया जिथे डॉक्टरां ने उन्हां नू मृतक ऐलान दिता। जसपाल पट्टी नू उन्हां दी सादा हासरस शैली लई हमेशा याद रख्या जावेगा जिसने ना सिर्फ सानू हसाया सगो साड़ी रोजाना जिंदगी दी कौड़ी हकीकत नू भी उजागर कीता अते वध रहे भ्रिष्टाचार नू व्यंगमई ढंग नाल पेश कीता। अगली बार फिर मिलांगे प्रोग्राम पंजाब दे हीरे विच किसी होर नायाब हीरे नू लैके। हुण मैनू तरन नू दे दिओ इजाजत ते तुसी देखदे रहो अजीत वैब टीवी। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।